जिहड़ी सियासत है इस टाइम गिदड़े की पूरी गंदली है जी। तो आम का सब तो मंदा हाल है इस टाइम गिदड़े का जी। कहने जो आप किसी को काम लैन जाएगी उदो ही पता लगता बह फड़ी है कि नहीं। सानू जिंदगी काम पहली बारी पिया सीगा, असीं पहली बारी सरपंची दा लैके काम गए, उन्होंने साडी बह नहीं फड़ी। ਆਂਦਾ ਵੀ ਮੇਰਾ ਨੁਕਸਾਨ ਹੋ ਜੇ ਹੋ ਜੇ ਮੈਂ ਵੀ ਉਹਨੂੰ ਸਰਪੰਚ ਬਣਾਤਾ। ਅੱਛਾ ਹਾਂਜੀ। 250 ਵੋਟ ਦਾ ਜਿਹੜੀ ਸਾਡੀ ਆਉਂਦੀ ਆ ਬੇ ਪੈਸੇ ਪਿੰਡ ਸਾਡੇ ਨਾਲ ਹੋ ਗਿਆ ਜੀ। ਸਾਡੇ ਘਰ ਨੂੰ ਇੱਕ ਰਾਜਨੀਤੀ ਪਿੰਡ ਦੇ ਚ ਜਿਹੜੀ ਉਹ ਸਿਆਸੀ ਦਬਾਅ ਬਣਾਉਂਦੇ ਸੀ, ਘਰਾਂ ਨੂੰ ਪਾੜ ਕੇ ਹੀ ਰਾਜ ਕਰਦੇ ਸੀ। ਅੱਛਾ। ਪਰ ਸਾਡੇ ਪਿੰਡ ਦੇ ਵਿੱਚ ਭਰਪਾ ਬਣ ਗਿਆ ਸੀ, ਪਰ ਭਰਪਾ ਖਰਾਬ ਕਰਨ ਦੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਕਾਗਜ਼ਾਂ ਕਰਕੇ। ਸਾਡੇ ਪਿੰਡੋਂ ਐਤਕੀ ਵੋਟ ਨਹੀਂ ਵਾਧੀ ਜੀ, ਮੈਂ ਗੱਲ ਦਾਵੇ ਨਾਲ ਕਹਿ ਸਕਦਾ। ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਤੇ ਇਸੇ ਦੇ ਦੌਰਾਨ ਚੱਲਦਿਆਂ ਗਿੱਦੜਵਾ ਦੇ ਵਿੱਚ ਬਹੁਤ ਸਾਰੇ ਅਜਿਹੇ ਪਿੰਡ ਸੀ ਜਿੱਥੇ ਸਰਪੰਚੀ ਦੀਆਂ ਚੋਣਾਂ ਰੱਦ ਕਰਾ ਕੇ ਆਪਾਂ ਆਪਣੇ ਸਰਪੰਚ ਜਿਹੜੇ ਸੀ ਪਾਰਟੀ ਨੇ ਐਲਾਨ ਦਿੱਤੇ ਸੀ, ਮੌਜੂਦਾ ਪਾਰਟੀ ਆਮ ਆਦਮੀ ਪਾਰਟੀ ਨੇ। ਇਸੇ ਤਰ੍ਹਾਂ ਦਾ ਗੁੱਸਾ ਲੋਕਾਂ ਦੇ ਵਿੱਚ ਵਧਿਆ ਤੇ ਪਾਰਟੀਆਂ ਛੱਡ ਕੇ ਹੋਰ ਪਾਸੇ ਜਾਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਦੀ ਕਹਾਣੀ ਪਿੰਡ ਲੁੰਡੇ ਵਾਲਾ ਦੀ ਹੈ, ਉੱਥੋਂ ਦੇ ਵਾਸੀ ਸਾਡੇ ਨਾਲ ਮੌਜੂਦ ਨੇ। ਆਪਾਂ ਗੱਲਬਾਤ ਕਰਾਂਗੇ ਕਿ ਗੁੱਸਾ ਕਿਹੜੀ ਗੱਲ ਦਾ ਸੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਰਪੰਚੀ ਵਾਲਾ ਗੁੱਸਾ ਹੀ ਸੀ ਸਾਰਿਆਂ ਨੂੰ ਜੀ? ਹਾਂਜੀ ਹਾਂਜੀ ਹਾਂਜੀ। ਕੀ ਗੱਲ ਬਣੀ? ਬਸ ਗੱਲ ਕੀ ਜੀ, ਸ਼ੁਰੂ ਤੋਂ ਤੁਰੇ ਆਉਂਦੇ ਸੀ ਇਹਨਾਂ ਮਗਰ ਤੇ ਕੋਈ ਗੱਲਬਾਤ ਸਾਡੀ ਸੁਣਵਾਈ ਨਹੀਂ ਹੋਈ। ਬਾਈ ਡਿੰਪੀ ਹੋਰਾਂ ਨਾਲ ਹੀ ਸੀਗੀ ਪਹਿਲਾਂ ਦਾ ਹੀ, ਕੋਈ ਸੁਣਵਾਈ ਨਹੀਂ ਹੋਈ ਬਸ। ਤੇ ਕਾਗਜ਼ਾਂ ਨੂੰ ਸਾਡੇ ਕਾਗਜ਼ਾਂ 'ਚ ਹੇਰ ਫੇਰ ਕਰਿਆ ਗਿਆ, ਅਸੀਂ ਵੀ ਘਰੇ ਬਹਿ ਗਏ। ਅਸੀਂ ਆਖਿਆ ਸੀ ਆਪਦਾ ਕੋਈ ਹਿਸਾਬ ਕਿਤਾਬ ਵੇਣੇ। ਡਿੰਪੀ ਵਾਲੀ ਸੀ ਤੇ ਡਿੰਪੀ ਨੇ? ਹਾਂਜੀ ਹਾਂਜੀ। ਦੂਜਾ ਬੰਦਾ ਕਿਹੜਾ ਸੀ? ਉਹ ਵੀ ਡਿੰਪੀ ਵਾਲਾ ਸੀ? ਉਹ ਵੀ ਡਿੰਪੀ ਵਾਲੀ ਸੀਗਾ। ਹਾਂਜੀ ਹਾਂਜੀ ਹਾਂਜੀ। ਉਹਦੇ ਵਿੱਚ ਕਾਗਜ਼ਾਂ 'ਚ ਕਰਤਾ ਉਹਦੇ, ਮੰਨ ਕੇ ਸਾਡੇ ਰੱਦ ਕਰਵਾਤੇ ਗਏ, ਵਾਇਲੀਗੇਸ਼ਨ ਲਾਏ ਗਏ ਸਾਡੇ ਦੇ ਕਾਫੀ ਤਰ੍ਹਾਂ ਦੇ। ਬਸ ਉਸੇ ਮੰਨ ਕੇ ਸਿਸਟਮ ਨੂੰ ਵੇਖਦੇ ਅਸੀਂ ਤੁਰੇ ਫਿਰਦੇ, ਫਿਰ ਸਾਡਾ ਕੋਈ ਵਿਊ ਦੀ ਹੈ ਨਹੀਂ ਉਧਰ। ਅਸੀਂ ਆਪਦਾ ਕੋਈ ਨਵਾਂ ਰਸਤਾ ਬਣਾਇਆ ਜੀ। ਸਾਲ ਪਹਿਲਾਂ ਲਾ ਲਿਆ ਉਧਰ ਸਾਡੇ ਦੇ ਹੀ ਪੀੜੀਆਂ ਤੋਂ ਚੱਲੀ ਜਾਂਦਾ ਕੰਮ ਜੀ। ਹਾਂਜੀ ਹਾਂਜੀ, ਪੀੜੀਆਂ ਤੋਂ ਚੱਲੀ ਜਾਂਦਾ ਕੰਮ ਜੀ, ਪੀੜੀਆਂ ਤੋਂ। ਹਾਂਜੀ ਹਾਂਜੀ ਹਾਂਜੀ। ਫਿਰ ਵੀ ਨਹੀਂ ਉਹਨਾਂ ਨੇ ਲੀਡਰ ਤੁਹਾਡੇ ਨਹੀਂ ਹੋਏ? ਨਹੀਂ ਜੀ ਨਹੀਂ। ਅੱਛਾ ਹਾਂਜੀ ਹਾਂਜੀ ਹਾਂਜੀ। ਜੇ ਲੀਡਰ ਤਾਂ ਜਿੰਦੀ ਬਾਹ ਫੜ ਲੈ ਛੱਡਦਾ ਨਹੀਂਗਾ। ਅਸੀਂ ਫਿਰ ਥੋੜਾ ਜਿਹਾ ਮੰਨ ਕੇ ਚਲੋ ਤੁਰਦੇ ਤਾਂ ਸੀਗੇ ਜੀ, ਪਰ ਅਸੀਂ ਇਹ ਗੱਲ ਕਹਿੰਦੇ ਸੀ ਅਸੀਂ ਸਾਡੀ ਬਾਹ ਫੜੀ ਹੈ, ਸਾਨੂੰ ਇਹ ਸੀਗਾ। ਪਰ ਕਹਿੰਦੇ ਨੇ ਜਦੋਂ ਆਪਾਂ ਕਿਸੇ ਕੋਲ ਕੰਮ ਲੈਣ ਜਾਏਗੇ ਉਦੋਂ ਹੀ ਪਤਾ ਲੱਗਦਾ ਬਾਹ ਫੜੀ ਹੈ ਕਿ ਨਹੀਂ। ਸਾਨੂੰ ਜ਼ਿੰਦਗੀ 'ਚ ਕੰਮ ਪਹਿਲੀ ਵਾਰੀ ਪਿਆ ਸੀਗਾ, ਅਸੀਂ ਪਹਿਲੀ ਵਾਰੀ ਸਰਪੰਚੀ ਦੇ ਲੈ ਕੇ ਕੰਮ ਗਏ, ਉਹਨਾਂ ਨੇ ਸਾਡੀ ਬਾਹ ਨਹੀਂ ਫੜੀ। ਸਾਡੇ ਫਿਰ ਸਾਰੇ ਘਰ ਸੀ, ਮਾਮੇ ਵਰਗੇ ਸਾਰੇ ਨਾਲ ਸੀਗੇ ਇਹ, ਪਰ ਇਹ ਕਹਿੰਦੇ ਆਪਾਂ ਕੋਈ ਨਵਾਂ ਰਸਤਾ ਬਣਾਈਏ, ਤਾਂ ਕਰਕੇ ਅਸੀਂ ਦੋ ਵਾਰੀ ਖੁਦ ਜਾਏ ਕੋਲੇ ਚਿੱਟਾ ਜਵਾਬ ਹੀ ਦਿੱਤਾ ਜਾਂ ਅਸੀਂ ਬਣਾਈ ਬੈਠੇ ਜੀ। ਕਹਿੰਦੇ ਅਸੀਂ ਬਣਾਈ ਬੈਠੇ ਹਾਂ। ਡਿੰਪੀ ਕਹਿੰਦਾ? ਹਾਂਜੀ ਹਾਂ। ਅੱਛਾ ਤੇ ਤੁਸੀਂ ਕਾਲੀ ਦਾ ਛੱਡ ਕੇ ਡਿੰਪੀ ਦੇ ਨਾਲ ਉਵੇਂ ਗਏ ਸੀਗਾ ਬਣੇ ਤੇ ਨਹੀਂ? ਹਾਂਜੀ ਹਾਂ। ਅੱਛਾ ਹਾਂ। ਕਹਿੰਦਾ ਸਾਡਾ ਸਰਪੰਚ ਤਾਂ ਬਣਿਆ? ਬਣਿਆ ਜੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀ। ਸਾਡੀ ਕਿਸੇ ਵੀ ਪੀੜੀ ਨੇ ਅਜ ਤੱਕ ਕਾਂਗਰਸ ਨੂੰ ਵੋਟ ਪਾ ਕੇ ਨੀ ਵੇਖੀ ਸੀ। ਪਹਿਲੀ ਵਾਰੀ ਯਾਰ ਕੀ ਵੋਟ ਪਾ ਰਹੇ ਹਾਂ ਕਾਂਗਰਸ ਨੂੰ ਜੀ। 2022 ਦੇ ਵਿੱਚ ਬਾਈ ਡੈਂਪੀ ਦੇ ਮਗਰ ਤਣੋ ਮਨੋ ਜ਼ੋਰ ਲਾਇਆ ਸੀ, 150 152 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਚ ਮੈਂ ਪਿੰਡੋ ਵਧਾ ਕੇ ਡੈਂਪੀ ਚੋਲੀ ਝੋਲੀ ਪਾਈਆਂ ਸੀ। ਐਰਕੀ ਸਰਪੰਚੀ ਦਾ ਇਲੈਕਸ਼ਨ ਹੋ ਰਿਹਾ ਸੀ ਜਿਹਦੇ ਵਿੱਚ ਬਾਈ ਡੈਂਪੀ ਢਿੱਲੋਂ ਨੇ ਸਾਨੂੰ ਸਵਾਫ ਜਵਾਬ ਦੇਤਾ ਸੀ। ਜਿਹੜੀ ਦੂਜੀ ਧਿਰ ਸੀ ਵਿਰੋਧੀ ਧਿਰ, ਉਹਨੂੰ ਆਂਦਾ ਮੈਨੂੰ 6 ਮਹੀਨੇ ਹੋ ਗਏ ਮੈਂ ਉਹਨੂੰ ਸਰਪੰਚ ਬਣਾ ਚੁੱਕਿਆ, ਸਾਨੂੰ ਸਾਫ ਸਾਫ ਜਵਾਬ ਦੇਤਾ। ਮੈਂ ਕਿਹਾ ਬਾਈ ਜੀ ਇਸ ਤਰ੍ਹਾਂ ਨਾ ਕਰੋ, ਦੋਨੇ ਘੋੜੇ ਤੇਰੇ ਆ, ਜਿਹੜਾ ਜਿੱਤ ਗਿਆ ਉਹਦੇ ਗੱਲ ਚ ਹਾਰ ਪਾ ਦਿਓ, ਜਿਹੜਾ ਹਰ ਗਿਆ ਉਹਦਾ ਅਫਸੋਸ ਕਰ ਲਿਓ। ਆਂਦਾ ਬਾਈ ਜੀ ਇਸ ਤਰ੍ਹਾਂ ਨਹੀਂ ਹੁੰਦਾ, ਦੂਜੀ ਧਿਰਾਂ ਨੂੰ ਬਈ ਮੈਂ ਤਾਂ ਉਹਨੂੰ ਸਰਪੰਚ ਬਣਾਤਾ, ਤੁਸੀਂ ਨਹੀਂ ਸਰਪੰਚ ਬਣ ਸਕਦੇ ਨਾ ਪੈਸੇ ਗਾਲੋ। ਮੈਂ ਕਿਹਾ ਬਾਈ ਪੈਸਿਆਂ ਦੀ ਕੋਈ ਗੱਲ ਨਹੀਂ, ਪੈਸੇ ਲੱਗਣ ਦੇ ਜਿਹੜਾ ਦਿਆ ਤੁਸੀਂ ਪਾਸੇ ਹਟ ਜਾਓ। ਆਂਦਾ ਵੀ ਮੇਰਾ ਨੁਕਸਾਨ ਹੋ ਜੇ ਮੈਂ ਬਈ ਉਹਨੂੰ ਸਰਪੰਚ ਬਣਾਤਾ। ਅੱਛਾ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਉਹ ਕਹਿੰਦਾ ਵੀ ਸਰਪੰਚ ਬਣਾਤਾ ਤੇ ਤੁਸੀਂ ਵੀ ਉਸੇ ਪਾਰਟੀ ਨਾਲ ਜੁੜੇ ਹੋਏ ਸੀ ਪਰ ਤੁਹਾਡੀ ਨਹੀਂ ਮੰਨੀ? ਹਾਂਜੀ ਸਾਰੇ ਟੋਟਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਸੀ। ਅੱਛਾ ਸ਼੍ਰੋਮਣੀ ਅਕਾਲੀ ਦਲ ਦਾ ਕੀ ਮਤਾ ਨਹੀਂ ਛੱਡ ਗਿਆ ਆਪਾਂ? ਇਹ ਮਗਰੇ ਬਾਈ ਡੈਂਪੀ ਦੇ ਨਾਲ ਹੀ ਗਏ ਅਸੀਂ। ਹਾਂਜੀ, ਜਿੰਨਾ ਕਿ ਬਾਈ ਡੈਂਪੀ ਅਸੀਂ ਨਾਲ ਹੀ ਤੁਰੇ ਫਿਰੇ ਜੀ। ਘਰੋਂ ਮੈਂ ਖਰਚਾ ਵੀ ਕਰਦਾ ਸੀ, ਵੋਟ ਵੀ ਵਿਧਾਇਕ ਨੂੰ ਪਿੰਡ 'ਚ ਦਿੰਦਾ ਸੀ। ਸਾਰੀ ਰਾਤ ਮੈਂ ਚੋਰੀਆਂ ਛਪੋਰੀਆਂ ਕਾਂਗਰਸ ਦੇ ਵਿਰੁੱਧ ਚੋਣ ਲੜਦਾ ਸੀ, ਉਹਨਾਂ ਵੋਟ ਵਧਾ ਕੇ ਪਿੰਡ ਦੇ ਵਿੱਚੋਂ ਵੋਟ ਉਹਨੇ ਝੋਲੀ ਵਧਾ ਕੇ ਦਿੰਦਾ। ਕਦਰ ਨਹੀਂ ਪਾਉਂਦੇ? ਨਹੀਂ ਜੀ, ਬਿਲਕੁਲ ਹੀ ਨਹੀਂ ਪਾਈ ਬਾਈ ਡੈਂਪੀ ਨੇ ਜੀ, ਜਮਾਂ ਇੱਕ ਪੈਸੇ ਦੀ ਕਦਰੀ ਵੀ ਨਹੀਂ ਪਾਈ ਸਾਨੂੰ, ਉਹਦਾ ਮੈਂ ਸਾਨੂੰ ਜਾਣਦਾ ਵੀ ਨਹੀਂ ਜੀ। ਅੱਛਾ ਹਾਂਜੀ, ਜਿਹੜੀਆਂ ਵੋਟਾਂ ਪਾਈਆਂ ਫਿਰ ਉਹ ਬਾ ਫਾਲਤੂ ਬਗੀਆਂ। 250 ਵੋਟ 250 ਵੋਟ ਤਾਂ ਸਰ ਸਾਡੇ ਆਪਦੇ ਘਰਾਂ ਦੀ ਹੈ। ਅੱਛਾ, ਸਾਡੇ ਖੁਰ ਆਪਦੇ ਜਿਹੜੇ ਸਕੇ ਘਰ ਆ ਨਾ, ਜਿਹੜੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਆਏ ਸਕੇ ਘਰ, 250 ਵੋਟ ਤਾਂ ਸਾਡੀ ਖੁਦ ਦੀ ਆਪਦੀ ਹੈ। ਸਾਰੇ ਪਿੰਡ 'ਚੋਂ ਸਾਡੇ ਘਰਾਂ ਦੀ ਸਾਰੀ ਸਾਰਿਆਂ ਤੋਂ ਵੱਧ ਵੋਟ ਸਾਡੀ ਹੈ ਆਪਦੀ। ਉਹਨੇ ਇੱਕ ਵੀ ਕਦਰ ਨਹੀਂ ਪਾਈ ਹੈ ਸਾਡਾ ਭਾਣਜਾ, ਠੀਕ ਹੈ। ਇਹ ਗਏ ਉੱਥੇ, ਇਹ ਕਹਿੰਦਾ ਵੀ ਤੁਹਾਨੂੰ ਤੂੰ ਸਰਪੰਚ ਨਹੀਂ ਬਣ ਸਕਦਾ। ਮੈਂ ਤੁਹਾਨੂੰ 6 ਮਹੀਨੇ ਹੋ ਗਏ ਸਰਪੰਚ ਐਲਾਨ ਤਾ, ਤੂੰ ਕਿੰਨਾ ਜ਼ੋਰ ਲਾ ਲਾ, ਤੂੰ ਸਾਡੇ ਪਿੱਛੇ ਧਰਨੇ ਲੈਣੇ ਨਹੀਂ ਆਇਆ? ਹੁਣ ਜਦੋਂ ਹੁਣ ਨਹੀਂ ਆਏ ਜੀ, ਉਹਨਾਂ ਨੇ ਜਦੋਂ ਇਹ ਗਏ ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਵੀ ਤੁਸੀਂ ਭਾਵੇਂ ਤਾਂ ਧਰਨੇ ਲਾ ਲਓ, ਭਾਵੇਂ ਮੇਰੀ ਵਿਰੋਧਤਾ ਕਰਨੀ ਹੈ ਜਿੰਨੀ ਕਰਨੀ ਤੁਸੀਂ ਕਰ ਲਓ,
मैं तो दूजी धर जो शमिंदर कहता भी मैं तो उसे का ही मन के चल करूंगा, मैं तो उसे का ही बन के चलूंगा, सोडा मैं नहीं बनता। सीधा उन्हें स्पष्ट जवाब देता तो उतो असि हाथ जोड़ के उठ के रहे भी अज तो बाद असि तेरे नाल ही तुरदे। इस करके असि राजा वड़ेंग साहब नूं करे इधर नहीं आए दोबारा हुण जी जदों उन्हां नूं पता लग्या कि वड़ेंग साहब नाल रलदे आ बथेरा दबाव पाया, फोन भी आउंदे रहे बथेरा कुछ होया, पर असि जदों राह अपना लिया पर आ मैं कहा असि नहीं छड्ड सकदे हुण जे मर्जी हुण तां फोन ला के हुण मैं कहना मेरे नाल कई घर जुड़े है, 15-18 मामा जी नाल जुड़े आ, कई घर नाना जी और इन्हां ने जुड़े आ, सारे ने इन्हां ने सहयोग नाल घर जुड़े है। हुण तां गंगा ने घरां च फोन करी जांदे आ, थोड़े असि कार्ड बना देने जिहड़े रहिंदे आ तुहानूं ओह कर दिंदे आ, थोड़े फलैशां बनवा देंगे असीं तुहानूं, चैक देवांगे। कई घरां ने हुण मैनूं आए फोन मैं कि यार तू कही तां जांदा सानूं इह गल्लां कहिंदे आ, ते मैं कहा उहनां नूं पुछो आपां नूं 20-20 साल हो गए वोटां पाई, इहनां नूं उदों पहलां क्यों नहीं दित्ते, अज तुसीं माड़ा है मुख पलटिआ राजे नहीं होए आ ते हुण मैं कहा तुहानूं ऑफरां वी देण लग पए। कोई नहीं मैं कहा इक वारी रलो सही, अजे बथेरा कुछ कहणगे। मैं कहा ਹੁਣ ਗੱਲ ਇਹ ਤੁਸੀਂ ਕਹਿੰਦੇ ਕਿ ਪੀੜੀਆਂ ਤੋਂ ਲੈ ਕੇ ਉਦੋਂ ਸੀ, ਪਰ ਤੁਹਾਡੇ ਰਾਹ ਦਾ ਬਹੁਤ ਬੁਰਾ ਹਾਲ ਹੈ, ਕਿਸੇ ਨੇ ਨਹੀਂ ਸੁਣੀ? ਨਹੀਂ ਇਹ ਰਾਹ ਦਾ ਜੀ ਅਸੀਂ ਕਿਸੇ ਨੇ ਸੁਣੀ ਨਹੀਂ ਜੀ, ਬਥੇਰਾ ਕੁਛ ਕਰਿਆ ਜੀ। ਪਤਾ ਕੀ ਕਾਰਨ ਹੈ ਜੀ, ਅਸੀਂ ਜੋ ਇਸ ਪਿੰਡ ਦੇ ਚ ਆਏ ਸੀ ਅਸੀਂ ਉਹਨਾਂ ਨਾਲ ਹੀ ਸੀਗੇ, ਕਾਂਗਰਸ ਨੂੰ ਕਿਸ ਦਾਅਵੇ ਤੇ ਕਹਿ ਸਕਦੇ ਸੀ? ਮੈਂ ਸਰਪੰਚ ਨੂੰ ਨਿੱਜੀ ਤੌਰ ਤੇ ਕਹਿੰਦਾ ਰਿਹਾ ਉਹ ਆਦਾ ਕਰ ਦਾਂਗੇ, ਤੂੰ ਕਿਸੇ ਲੀਡਰ ਨੂੰ ਗੱਲਬਾਤ ਨਹੀਂ ਕਹਿਣੀ, ਸਾਡਾ ਵਿਸ਼ਵਾਸ ਉਹਨਾਂ ਤੱਕ ਹੀ ਕਰ ਲਿਆ ਸੀ ਤੇ ਪਰ ਉਹਨਾਂ ਨੇ ਕਦਰ ਨਹੀਂ ਕਰੀ, ਨਾ ਡੈਂਪੀ ਨੇ। ਅੱਜ ਤਾਂ ਸ਼੍ਰੋਮੀ ਦਲ ਕਾਲੀ ਦੇ ਮਗਰ ਸੀਗੇ, ਉਸ ਪਿੱਛੇ ਇਹਨਾਂ ਮਗਰ ਸਾਰੇ ਜਾ ਵੜੇ ਜੀ। ਸਾਡੀ ਕੋਈ ਮਾਲਾ ਹੈ ਨਹੀਂ, ਉਹ ਤਾਂ ਇੱਕ ਸਿਆਸੀ ਮਸਲਾ, ਵੋਟਾਂ ਰੱਖਦੇ ਸੀ, ਸਾਨੂੰ ਖਤਮ ਕਰਨਾ ਚਾਹੁੰਦੇ ਸੀਗੇ ਜੀ। ਮੇਰੇ ਤੇ ਦੋ ਵਾਰੀ ਵਾਧਾ ਹੋ ਗਿਆ ਸੀਗਾ ਜੀ, ਇੱਕ ਵਾਰੀ ਪਹਿਲਾਂ ਥੋੜਾ ਜਿਹਾ ਸਾਡੇ ਘਰਾਂ ਦਾ ਸੀਗਾ ਇੱਥੇ ਦਾਰੂ ਵਾਲਾ ਠੇਕਾ ਹੁੰਦਾ ਸੀ ਸੜਕ ਤੇ, ਉਦੋਂ ਮੰਨ ਕੇ ਜਦੋਂ ਮਾੜਾ ਮੋਟਾ ਕੋਈ ਮਨਮਟਾਵ ਹੋਇਆ ਸੀਗਾ ਠੇਕਾ ਚੁਕਾਉਣ ਦੀ ਖਾਤਰ, ਉਦੋਂ ਵੀ ਬਾਈ ਡਿੰਪੀ ਨੇ ਮੇਰੀ ਵਿਰੋਧਤਾ ਕਰੀ ਸੀ, ਉਦੋਂ ਵੀ ਰਾਜੇ ਨੇ ਬਾਹ ਫੜੀ ਸੀ, ਮੈਨੂੰ ਸਾਰੇ ਘਰਾਂ ਨੇ ਆਖਿਆ, ਕਈ ਬੰਦਿਆਂ ਨੇ ਆਖਿਆ ਤੂੰ ਰਾਜੇ ਨਹੀਂ ਆ ਜਾ, ਮੈਂ ਕਿਹਾ ਨਹੀਂ ਯਾਰ ਆਪਾਂ ਜਿੱਥੇ ਜੁੜੇ ਹਾਂ ਉੱਥੇ ਜੁੜੇ ਹਾਂ, ਉਦੋਂ ਵੀ ਜੁੜੇ ਰਹੇ, ਫਿਰ ਇੱਕ ਦੋ ਗੱਲਾਂ ਛੋਟੀਆਂ, ਮੈਂ ਕਿਹਾ ਨਹੀਂ ਯਾਰ ਆਪਾਂ ਜਿੱਥੇ ਜੁੜੇ ਹਾਂ ਜੁੜੇ ਹਾਂ, ਠੀਕ ਹੈ। ਮੈਨੂੰ ਕਹਿੰਦੇ ਤੇਰੀ ਪਈ ਨਹੀਂ ਬਣਦੀ, ਪਈ ਬਣਾਉਣੇ, ਮੈਂ ਕਿਹਾ ਨਹੀਂ ਪਈ ਨਹੀਂ, ਜਿੱਥੇ ਜੁੜੇ ਹਾਂ ਜਿੱਥੇ ਬਣਾਉਣੀ ਹੀ ਬਣਾ ਦੇਣਗੇ, ਇਸ ਤਰ੍ਹਾਂ ਹੀ ਗੱਲ ਹੋਣਾ ਤੁਹਾਡੇ ਪਿੰਡ ਦਾ ਜੀ? ਹਾਂਜੀ ਹਾਂਜੀ ਹਾਂਜੀ, ਇਲੈਕਸ਼ਨ ਹੋਣਾ ਹੈ, ਕੋਈ ਤਰੀਕ ਨਹੀਂ ਦਿੱਤੀ ਜੀ, ਤਰੀਕ ਨਹੀਂ। ਹਾਂਜੀ ਲੜਨਾ, ਫਿਰ ਲੜਨਾ ਠੋਕ ਕੇ ਲੜਨਾ ਜੀ। ਅੱਛਾ ਹਾਂਜੀ ਹਾਂਜੀ, ਅੱਛਾ ਉਹ ਮੌਕਾ ਮਿਲ ਗਿਆ ਵੈਸੇ ਤਾਂ। ਹਾਂਜੀ 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 ਹਾਂਜੀ, ਉਹ ਚ ਬਾਈ ਰਾਜੇ ਦਾ ਹੀ ਹੱਥ ਵੱਡਾ ਜੀ ਸਾਰਿਆਂ ਨਾਲੋਂ ਜੀ, ਬਾਈ ਰਾਜਾ ਨਾ ਹੁੰਦੇ ਤਾਂ ਸਾਡੇ ਪਿੰਡ ਇਲੈਕਸ਼ਨ ਦੁਆਰਾ ਉਹਨਾਂ ਨੇ ਤਾਂ ਲਾਣ ਤੇ ਸੀ ਜੀ, ਤੇ ਬਾਈ ਰਾਜਾ ਸੀਗਾ ਹੁੰਦੇ ਸੀਗੇ ਜੀ, ਜੇ ਰਾਜਾ ਸਾਹਿਬ ਨਾ ਚਾਹੁੰਦੇ ਸਾਡੇ ਕਾਗਜ਼ ਬਹਾਲ ਨਹੀਂ ਹੁੰਦੇ ਸੀ। ਅੱਛਾ ਹਾਂਜੀ ਹਾਂਜੀ, ਇਹਨਾਂ ਨੇ ਪੂਰੀ ਮਦਦ ਕੀਤੀ ਆ, ਹੁਣ ਕਾਗਜ਼ ਬਹਾਲ ਹੋਇਆ, ਦੁਬਾਰਾ ਇਲੈਕਸ਼ਨ ਹੋ। ਅੱਜ ਫਿਰ ਕਿੰਨੇ ਪਰਿਵਾਰ ਜੁੜ ਗਏ ਤੁਸੀਂ? ਅੱਜ ਅਸੀਂ ਪਰਿਵਾਰ ਤਾਂ ਹੈਗੇ ਹੀ 20-22 ਪਰਿਵਾਰ ਆ ਜੀ, 250 ਵੋਟ ਤਾਂ ਜਿਹੜੀ ਸਾਡੀ ਆਪਦੀ ਆ ਤੇ ਬਾਕੀ ਤਕਰੀਬਨ ਅਸੀਂ 90 ਪੈਸੇ ਪਿੰਡ ਸਾਡੇ ਨਾਲ ਹੋ ਗਿਆ ਜੀ, ਜਿੰਨੀਆਂ ਪੱਤੀਆਂ ਸੀ ਸਾਰੀਆਂ ਪਿੰਡ ਦੀਆਂ ਸਾਡੇ ਨਾਲ ਮੌਜੂਦਾ ਇਸ ਟਾਈਮ ਕੜੀਆਂ ਜੀ। ਸਾਡੇ ਘਰ ਨੂੰ ਇੱਕ ਰਾਜਨੀਤੀ ਪਿੰਡ ਦੇ ਚ ਜਿਹੜੀ ਉਹ ਸਿਆਸੀ ਦਬਾਅ ਬਣਾਉਂਦੇ ਸੀ, ਘਰਾਂ ਨੂੰ ਪਾੜ ਕੇ ਹੀ ਰਾਜ ਕਰਦੇ ਸੀ, ਉਹ ਘਰਾਂ ਨੂੰ ਇਸ ਤਰ੍ਹਾਂ ਮੰਨ ਲਓ ਖਤਮ ਕਰਦੇ ਸੀ, ਚਾਹੇ ਘਰਾਂ ਨੂੰ ਪਤਾ ਹੈ ਚਾਹੇ ਸਾਨੂੰ ਪਤਾ, ਘਰ ਨਾਲੋਂ ਇੱਕ ਦੂਜੇ ਨੂੰ ਪਾੜ ਦਿੰਦੇ ਸੀ, ਗੱਲਾਂ ਬਾਤਾਂ ਹੀ ਪੂਰੀ ਸਿਆਸੀ ਘਰਦੇ ਨੂੰ ਵਿੱਚ ਬਸ ਚੁਗਲੀ ਇਸ ਤਰ੍ਹਾਂ ਦੀ ਕਰਨੀ, ਘਰ ਖਤਮ ਹੋ ਜਾਂਦਾ ਸੀ, ਘਰਦਿਆਂ ਨਾਲ ਜੁੜਦਾ ਸੀ। ਜਿਹੜੇ ਸੀਗੇ ਇਹਨਾਂ ਦੇ ਆਗੂ ਸੀਗੇ ਪਿੰਡ ਦੇ ਜੀ, ਮਿੱਠੂ ਸਿੰਘ ਸਰਪੰਚ ਸੀਗਾ, ਸਭ ਤੋਂ ਚੁਗਲ ਬੰਦਾ ਪਿੰਡ ਦੇ ਚ ਉਹ ਸੀਗਾ ਜੀ। ਸਾਡੇ ਪਿੰਡ ਦੀ ਦੂਜੀ ਧਿਰ ਸੀਗੀ ਜੀ, ਉਹ ਮੰਨ ਕੇ ਇਹ ਕੁਛ ਕਰਦੀ ਰਹੀ ਹੈ, ਉਦੋਂ ਸਾਡੇ ਘਰਾਂ ਚ 2-4 ਘਰ ਖਿੱਚ ਲਏ, ਉਹਨਾਂ ਨੂੰ ਕਰਾਤਾ, ਸਾਨੂੰ ਪਾੜਤਾ, ਹੋਰ ਪੱਤੀਆਂ ਸੀ ਉਹਨਾਂ ਨੂੰ ਪਾੜਤਾ, ਬਸ ਇਹ ਸਿਲਸਿਲਾ ਪਹਿਲੇ ਦਿਨੋਂ ਚੱਲਦਾ ਆ ਰਿਹਾ ਜੀ। ਪਰ ਹੁਣ ਇਹ ਐਤਕੀ ਇਲੈਕਸ਼ਨ ਸਾਨੂੰ ਬਹੁਤ ਸੋਹਣੀ ਚੀਜ਼ ਵੇਖਣ ਨੂੰ ਮਿਲੀ, ਸਾਡੇ ਪਿੰਡ ਚ ਭਰਪਾ ਬਣਿਆ ਜੀ, ਪਰ ਸਾਡੇ ਪਿੰਡ ਦੇ ਵਿੱਚ ਭਰਪਾ ਬਣ ਗਿਆ ਸੀ, ਪਰ ਭਰਪਾ ਖਰਾਬ ਕਰਨ ਦੀ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਕਾਗਜ਼ਾਂ ਕਰਕੇ, ਕਿਉਂਕਿ ਕੋਈ ਕਾਗਜ਼ ਰੱਦ ਹੁੰਦੇ ਜੀ ਭਰਪਾ ਤਾਂ ਖਰਾਬ ਹੁੰਦਾ ਪਿੰਡ ਦਾ ਜੀ। ਕਿੱਥੇ ਅਸੀਂ ਤਾਂ ਐਤਕੀ ਨਵੀਂ ਪੀੜੀ ਨੇ ਸੋਚ ਬਣਾਈ ਸੀ, ਨਵੇਂ ਮੁੰਡੇ, ਉਹ ਵੀ ਮੁੰਡਾ ਖੁੰਡਾ ਜੀ ਸ਼ਮਿੰਦਰ ਜੀ, ਮੇਰੀ ਜਿੱਡੀ ਉਮਰ ਹੀ ਹੈ ਉਹਦੀ, ਥੋੜੀ ਵੱਡੀ ਨੂੰ 5-7 ਸਾਲ ਵੱਡਾ ਹੋਣਾ ਮੇਰੇ ਤੋਂ, ਅਸੀਂ ਸੋਚ ਬਣਾਈ ਸੀ ਐਤਕੀ ਆਪਾਂ ਇਲੈਕਸ਼ਨ ਜਿਹੜਾ ਲੜਨਾ ਨਾ ਉਹ ਇੱਕ ਇੰਨੇ ਸੋਹਣੇ ਤਰੀਕੇ ਨਾਲ ਲੜਨਾ, ਤੰਬੂ ਵੀ ਇੱਕ ਲਾ ਲਓ, ਵੋਟਾਂ ਮੰਗਣੀਆਂ ਇੱਕ ਥਾਂ ਖੜ ਕੇ, ਐ ਨਾ ਹੋਵੇ ਸਰਪੰਚੀ ਦੀ ਕੋਈ ਦੁਸ਼ਮਣੀ ਬਣੇ, ਕੋਈ ਨਵੀਂ ਲਹਿਰ ਪੈਦਾ ਕਰ ਗਈ, ਆਪਾਂ ਪੜ੍ਹੇ ਲਿਖੇ ਆ ਦੋਨੇ, ਤੂੰ ਵੀ ਪੜ੍ਹਿਆ ਮੈਂ ਵੀ ਪੜ੍ਹਿਆ, ਹਾਂ ਕੋਈ ਜਿੱਤ ਜੀ, ਆਪਾਂ ਗੁਰਦੁਆਰੇ ਹਾਰੇ ਨੇ ਮੱਥਾ ਟੇਕ ਕੇ ਉਹਨੇ ਜਿੱਤੇ ਨੇ, ਇਸ ਤਰ੍ਹਾਂ ਇਹ ਚੀਜ਼ਾਂ ਚਾਹੁੰਦੇ ਸੀ, ਪਰ ਉਹਨਾਂ ਨੇ ਐਲੀਗੇਸ਼ਨ ਲਾਏ ਪੰਚਾਇਤੀ ਜਗ੍ਹਾ ਤੇ ਕਬਜ਼ਾ, ਉਹ ਅਸੀਂ ਫਿਰ ਉਦੋਂ ਬਾਅਦ ਗਏ ਵੀ ਅਸੀਂ ਚੈੱਕ ਕਰੋ ਪੰਚਾਇਤੀ ਜਗ੍ਹਾ ਤੇ ਕਬਜ਼ਾ ਕਿਹਦਾ, ਇੱਕ ਆਪਣੇ ਪਿੰਡੋਂ ਸਰਬਜੀਤ ਉੱਠਿਆ ਸੀ ਵਿਚਾਰਾ, ਕਹਿੰਦੇ ਉਹਦਾ ਪੰਚਾਇਤੀ ਜਗ੍ਹਾ ਤੇ ਕਬਜ਼ਾ, ਉਹਦਾ ਕਹਿਤਾ, ਉਹ ਅਸੀਂ ਆਖਿਆ ਸਾਨੂੰ ਦੱਸੋ ਵੀ ਉਹਦਾ ਕਿੱਥੇ ਕਬਜ਼ਾ, ਪੰਚਾਇਤੀ ਜਗ੍ਹਾ ਕਿਹਦੇ ਕੋਲੇ ਆ ਦਾ ਪਤਾ ਲੱਗੇ, ਸਾਡੇ ਪਿੰਡ ਛਾਣਬੀਨ ਹੋਵੇ ਕਿਹਦੇ ਕੋਲੇ ਹੈ ਕਿਹਦੇ ਕੋਲ ਨਹੀਂ, ਐਲੀਗੇਸ਼ਨ ਲਾਉਣ ਲੱਗੇ ਤਾਂ ਵੇਖ ਲੈਣਾ, ਮੇਰਾ ਤਾਂ ਜਿੱਥੇ ਮੈਂ ਘਰ ਪਾਈ ਬੈਠਾ ਤਾਂ ਥਾਂ ਇਹ ਵੀ ਥਾਂ ਰਜਿਸਟਰੀ ਵਾਲਾ ਮੇਰਾ ਤਾਂ ਜੀ, ਇਹ 'ਚ ਕਿੱਥੇ ਪੰਚਾਇਤੀ ਜਗ੍ਹਾ ਹੋਊਗੀ, ਐਲੀਗੇਸ਼ਨ ਲਾਏ ਫਿਰ ਸਾਡੇ ਕਾਗਜ਼ੀ ਚੁਕਾਤੇ ਜੀ, ਜਾਲੀ ਸੈਨ ਕਰੇ ਕਰੇ। ਪਰ ਇੱਕ ਗੱਲ ਆ, ਬਾਈ ਰਾਜੇ ਨੇ ਬਾਂਹ ਫੜੀ ਜਦੋਂ ਸਿੱਧਾ ਚੰਡੀਗੜ੍ਹ ਚੋਣ ਕਮਿਸ਼ਨ ਦੇ ਆਫਿਸ 'ਚ ਬਾਦਲ ਜਾ ਕੇ ਕਹਿੰਦਾ ਬਾਈ ਕਾਗਜ਼ ਮੰਨ ਕੇ ਚਿੱਤਰੇ ਬਹਾਲ ਹੋਣਗੇ, ਬਥੇਰੇ ਥਾਂ ਗਏ, ਹੋਰ ਕਿਸੇ ਨੇ ਬਾਂਹ ਨਹੀਂ ਫੜੀ, ਬਾਈ ਰਾਜੇ ਨੇ ਫੜੀ ਫਿਰੀ, ਤੇ ਫਿਰ ਹੁਣ ਅਸੀਂ ਬਾਈ ਰਾਜੇ ਨਾਲ ਤਨ ਮਨ ਧਨ ਨਾਲ ਸਾਰੇ ਕਿਸੇ ਨੇ ਜੁੜਾਂਗੇ ਜੀ, ਵਰਕਰੀ ਵੀ ਕਰਾਂਗੇ ਜਿੱਥੋਂ ਤੱਕ ਅਸੀਂ। ਮਾਹੌਲ ਕੀ ਹੈ ਵੈਸੇ ਸਾਰੇ ਟੋਟਲ ਪਿੰਡਾਂ 'ਚ, ਕੀ ਮਾਹੌਲ ਹੈ, ਕਿਹੜਾ ਜਿੱਤ ਰਿਹਾ ਸੀ?
ਪਿੰਡਾਂ 'ਚ ਜੀ ਕੋਈ ਪਤਾ ਨਹੀਂ ਲੱਗ ਰਿਹਾ ਜੀ ਜਿਹੜੀ ਸਿਆਸਤ ਹੈ ਇਸ ਟਾਈਮ ਗਿੱਦੜੇ ਦੀ ਪੂਰੀ ਗੰਧਲੀ ਹੈ ਜੀ ਕਿਸੇ ਨੂੰ ਕੋਈ ਸਿਆਸਤ ਬਾਰੇ ਪਤਾ ਨਹੀਂ ਜੀ ਕੋਈ ਕਿਸੇ ਨੂੰ ਜਿਤਾ ਰਿਹਾ ਕੋਈ ਕਿਸੇ ਨੂੰ ਜਿਹੜੀ ਪੱਖ ਦੀ ਵੋਟ ਹੈ ਉਹ ਆਪਦੇ ਕੈਂਡੀਡੇਟ ਨੂੰ ਜਿਤਾ ਰਹੀ ਹੈ ਜੀ ਅਕਾਲੀ ਦਲ ਦਾ ਮੈਦਾਨ 'ਚ ਹੀ ਨਹੀਂ ਆਇਆ ਹਾਂਜੀ ਅਕਾਲੀ ਦਲ ਦਾ ਕੋਈ ਪਤਾ ਨਹੀਂ ਮੈਦਾਨ 'ਚ ਆਈ ਨਹੀਂ ਸਿਰਫ ਹੈ ਜੀ ਕਾਂਗਰਸ ਮੈਦਾਨ 'ਚ ਆਈ ਹੈ ਜੀ ਬੀਜੇਪੀ ਮੈਦਾਨ 'ਚ ਆਈ ਹੈ ਜੀ ਤੇ ਇੱਕ ਦੂਜੀ ਆਈ ਹੈ ਜੀ ਆਪ ਵਾਲੇ ਆਏ ਆ ਜੀ ਤਿੰਨ ਮੈਦਾਨ 'ਚ ਆਏ ਆ ਤਿੰਨਾਂ ਦੀ ਹਜੇ ਟੱਕਰ ਆ ਜੀ मन के पता लगे वोट वधा के कौन मामा जी बहुत जोर लाउंदे जी जाने करके खड़े सारे सारे जिन्ने टोटल बंदे सारे जोर लाउंदे वोट वधाउण च की हो गया चलो ये थोड़ा बंदे हुंदे आ ना अपने पिंड च हुंदे भरापा पिंड च हुंदा बाहर अंदर घट जांदे हुंदा ना अपने असी चल असी जांदे सानू असी कहिंदे थोड़े तां वर्कर ही नहीं वर्कर दो वोटा असी वधा के दिंदे रहे ना उन्हां दा बन जांदा सी ऐतकी असी कुछ दुध दा दुध ते पानी दा पानी ये भी करके देना लुंडेल च वोट वधदी है कि नहीं वधदी अच्छा हां जी हुण सानू कोई मर्जी किसे दा काम आ कोई सरकार हुंदी एमएलए हुंदा जिद्दा कैंडीडेट प्यारा लगूगा उसनू जिताउणगे हरेक नहीं जित सकदा जी जिहड़ी वोट है सब तो औखी वोट औखी मिलदी है पैसा भी मिल जांदा दौलत धन भी मिल जांदा आम बंदा भी मिल जांदा सब तो औखी वोट मिलदी है वोट जी लैनी हाँ जी वो भी घर घर बहुत गेड़े मार रहा जी मनप्रीत ये भी मार दिया गेड़े राजा बड़े की मार राजा बड़े का बहुत ज्यादा रिलेशन है इस टाइम पिंड 90% रिलेशन बन गया जी ठीक है जी मनप्रीत बादल आउंदा जी वह बहुत घट लोग घट जुड़े है जी हाँ जी वो इसे करके घट जुड़े है जी जेड़े अपने मोदी ने किसानों को धक्के किए हैं वो तो थोड़े अजे विरोधता चल रही है जी हाँ जी वो नफरता हाँ जी वो नफरता पैदा पिंड घर च हो ही पई है जी हाँ जी इस टाइम गिदड़वा तो बीबी अमृता कौर वड़ेंग ये मोर्चा मारूगी जी जितूगी 2027 दे विच राजा वड़ेंग इस टाइम मुख्यमंत्री पंजाब का बनूगा जी हाँ जी ये मैं दावे ना कहना जी 2027 ਦਾ ਮੁੱਖ ਮੰਤਰੀ ਰਾਜਾ ਜੀ ਪੱਕੇ ਆ ਜੀ ਕਿਵੇਂ ਮਾਹੌਲ ਫਿਰ ਵਧੀਆ ਹੀ ਠੀਕ ਆ ਜੀ ਹਾਂ ਵਧੀਆ ਠੀਕ ਆ ਬਸ ਸਰਪੰਚ ਦਾ ਹੁਣ ਉੱਠਿਆ ਜੀ ਸਾਡੇ ਲਈ ਤਾਂ ਸ਼ੁਰੂ ਤੋਂ ਸਰਪੰਚ ਆ ਜੀ ਜਦੋਂ ਗਰੀਬਾਂ ਦੀ ਮਦਦ ਕਰਦਾ ਜੀ ਹਾਂ ਜੀ ਟੋਟਲ ਰਾਤ ਬਰਾਤ ਜਦੋਂ ਲੋੜ ਪੈਂਦੀ ਉਦੋਂ ਹੀ ਜਾਂਦਾ ਜੀ ਤੇ ਉਹਨਾਂ ਨੂੰ ਤੁਸੀਂ ਕਿ ਸਦਕੇ ਵੇਲੋ ਉਹ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ ਗਾ ਜੀ ਹਾਂ ਜੀ ਬਾਕੀ ਬਾਈ ਦੇ ਮਗਰ ਠੀਕ ਆ ਜੀ ਪੱਕੇ ਕਾਲੀ ਜਿੱਧਰ ਬਾਈ ਜਾਊਗਾ ਜੀ ਅਸੀਂ ਉਧਰ ਹੀ ਜਾਵਾਂਗੇ ਠੀਕ ਆ ਜੀ ਬਾਈ ਦੇ ਪੂਰਾ ਨਾਲ ਖੜੇ ਆਂਗੇ ਹਾਂ ठीक है जी बहुत बहुत धन्यवाद जी शुक्रिया जी वाहेगुरु जी का खालसा वाहेगुरु जी की फतेह।